ਅਸੀਂ ਬਹੁਤੀਆਂ ਲੜਾਈਆਂ ਉਹ ਲੜਦੇ ਹਾਂ ਜੋ ਨਾ ਕਿਸੇ ਨੂੰ ਦਿਖਾਈ ਦਿੰਦੀਆਂ ਨੇ ਅਤੇ ਨਾ ਹੀ ਕਿਸੇ ਨੂੰ ਸੁਣਾਈ ਦਿੰਦੀਆਂ ਨੇ। ਅਕਸਰ ਹੁੰਦਾ ਇਹ ਹੈ ਕਿ ਇਹ ਲੜਾਈਆਂ ਲੜਦੇ ਅਸੀਂ ਖੁਦ ਤੋਂ ਦੂਰ ਹੋ ਜਾਂਦੇ ਹਾਂ, ਖੁਦ ਤੋਂ ਦੂਰ ਹੋ ਕੇ ਅਸੀਂ ਨਿਰਾਸ਼ਾ ਨਾਲ ਰਹਿਣ ਲੱਗ ਜਾਂਦੇ ਹਾਂ। ਵਿੱਚ ਨਿਰਾਸ਼ਾ ਉਲਝਿਆ ਕੁਝ ਬੀਤੀ ਸੁਸਤਾਉਣ, ਵਿੱਚ ਨਿਰਾਸ਼ਾ ਉਲਝਿਆ ਕੁਝ ਬੀਤੀ ਸੁਸਤਾਉਣ, ਮੈਨੂੰ ਮਾਰਿਆ ਆਕੜਾਂ ਖੁਸ਼ੀਆਂ ਕੀਕਣ ਆਉਣ। ਭਾਲਦੇ ਖੁਸ਼ੀਆਂ ਪਰ ਆਕੜ ਵੀ ਹੈ, ਸੁਸਤੀ 'ਚ ਵੀ ਉਲਝੇ ਹੋਏ ਹਾਂ, ਨਿਰਾਸ਼ਾ 'ਚ ਵੀ ਉਲਝੇ ਹੋਏ ਹਾਂ। ਅਤੇ ਨਿਰਾਸ਼ਾ ਵਿਗੜੇ ਹੋਏ ਪੁਲਸੀ ਵਰਗੀ ਹੁੰਦੀ ਹੈ, ਜਿਹੜੀ ਤੁਹਾਨੂੰ ਬਿਨਾਂ ਕਿਸੇ ਗੁਨਾਹ ਤੋਂ ਦੁੱਖਾਂ ਦੀ ਹਵਾ ਲਾ ਦੇ ਵਿੱਚ ਡੱਕ ਦਿੰਦੀ ਹੈ। ਵਿਗੜੇ ਹੋਏ ਪੁਲਸੀ ਵਰਗੀ ਦੁੱਖਾਂ ਦੀ ਹਵਾ ਲਾਤ ਵਿੱਚ ਅਸੀਂ ਉਡੀਕ ਕਰਦੇ ਹਾਂ ਕਿ ਕੋਈ ਆਊਗਾ, ਆ ਕੇ ਸਾਡੀ ਜ਼ਮਾਨਤ ਕਰਾਊਗਾ। ਇਹ ਦੁੱਖ ਨਿਰਾਸ਼ਾ ਅਤੇ ਨਾ ਉਮੀਦੀ ਦੀ ਹਵਾ ਲਾਤ 'ਚ ਜ਼ਿਆਦਾ ਦੇਰ ਤੱਕ ਟਿਕੇ ਰਹਿਣਾ ਘਾਤਕ ਹੁੰਦਾ, ਬੇਹੱਦ ਖਤਰਨਾਕ। ਨਿਰਾਸ਼ਾ ਦੀ ਹਵਾ ਲਾਤ ਦੇ ਵਿੱਚੋਂ ਜ਼ਮਾਨਤ ਜਲਦੀ ਹੋਣੀ ਚਾਹੀਦੀ ਹੈ। ਇਹ ਜ਼ਮਾਨਤ ਤੁਸੀਂ ਖੁਦ ਕਰਵਾ ਸਕਦੇ ਹੋ। ਇਹਦੇ ਲਈ ਤੁਹਾਡੇ ਕੋਲ ਆਪਣੇ ਰਾਹ, ਹਿੰਮਤ, ਯਕੀਨ, ਉਤਸ਼ਾਹ, ਜਿਉਣ ਦਾ ਚਾਅ ਅਤੇ ਖੁਦ ਲਈ ਪਿਆਰ ਚਾਹੀਦਾ, ਖੁਦ ਲਈ ਪਿਆਰ। ਕਰ ਸ਼ਲਾਘਾ ਆਪਣੀ, ਖੁਦ ਨੂੰ ਹੀ ਫਿਟਕਾਰ। ਕਰ ਸ਼ਲਾਘਾ ਆਪਣੀ, ਸ਼ਾਬਾਸ਼ ਦੇ ਖੁਦ ਨੂੰ ਅਤੇ ਖੁਦ ਨੂੰ ਹੀ ਫਿਟਕਾਰ। ਪਰਖ ਸਕੇਗਾ ਫਿਰ ਹੀ ਆਪਣਾ ਅੰਦਰ ਬਾਹਰ, ਪਰਖ ਸਕੇਗਾ ਫਿਰ ਹੀ ਆਪਣਾ ਅੰਦਰ ਬਾਹਰ। ਇਹ ਮੈਂ ਆਪਣੀ ਕਿਤਾਬ ਕਲਾਕਾਰੀਆਂ ਦੇ ਵਿੱਚੋਂ, ਆਪਣੀ ਲਿਖਤ ਦੇ ਵਿੱਚੋਂ ਕੁਝ ਅੰਸ਼ ਤੁਹਾਡੇ ਨਾਲ ਸਾਂਝਾ ਕੀਤਾ। ਕੋਸ਼ਿਸ਼ ਕਰਿਆ ਕਰੂੰਗਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਇਆ ਕਰਾਂ। ਜਿਉਂਦੇ ਰਹੋ, ਵੱਸਦੇ ਰਹੋ, ਖੁਸ਼ੀਆਂ ਮਾਣੋ, ਜ਼ਿੰਦਗੀ ਜ਼ਿੰਦਾਬਾਦ। ਲਵ ਯੂ ਆਲ, ਸਤਿ ਸ਼੍ਰੀ ਅਕਾਲ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।